ਹਾਂ ਸਰ, ਆਪਣਾ ਨਾਮ? ਅਨਿਲ ਸ਼ਰਮਾ। ਕਿਹੜੇ ਹੋਟਲ 'ਚ ਜੋਬ ਕਰਦੇ ਹੋ ਤੁਸੀਂ? ਸਰ ਐਸ ਜੇ। ਕਿੱਥੇ ਹੈ ਹੋਟਲ? ਇਹ ਬੱਸ ਸਟੈਂਡ ਦੀ ਬੈਕ ਸਾਈਡ 'ਤੇ ਅਗਰ ਕੋਟ ਮਹਾਤਮਾ ਸਿੰਘ ਰੋਡ 'ਤੇ। ਹਾਂਜੀ, ਕੀ ਮਸਲਾ? ਜਿਹੜੇ ਡੈਥ ਹੋਈ ਹੈ ਨੌਜਵਾਨ ਦੋ ਜਣੇ ਦੀ? ਸਰ ਉਹ ਪਟਿਆਲਾ ਤੋਂ ਆਏ ਸੀਗੇ ਅਤੇ ਜਦੋਂ ਉਹਨਾਂ ਦਾ ਚੈੱਕਆਊਟ ਟਾਈਮ ਸੀਗਾ 12 ਵਜੇ, ਉਹਨਾਂ ਨਾਲ ਸਾਡੇ ਕੋਲ 2 ਘੰਟੇ ਓਵਰ ਟਾਈਮ ਮੰਗਿਆ ਸੀ, ਉੱਪਰ ਟਾਈਮ ਮੰਗਿਆ ਸੀਗਾ। 2 ਵਜੇ ਦੇ ਕਰੀਬ ਉਹਨਾਂ ਦਾ ਚੈੱਕਆਊਟ ਟਾਈਮ ਬਣਦਾ ਸੀਗਾ। ਜਦੋਂ 2:15 ਹੋਏ ਆਪਾਂ ਉਹਨਾਂ ਦੇ ਰੂਮ 'ਚ ਬਾਹਰ ਗਏ ਆ, ਉਹਨਾਂ ਦਾ ਰੂਮ ਲਾਕ ਸੀਗੇ, ਆਪਾਂ ਉਹਨਾਂ ਨੂੰ ਫੋਨ ਕੀਤਾ ਵਾ, ਉਹਨਾਂ ਨੇ ਫੋਨ ਸਾਡਾ ਰਿਸੀਵ ਨਹੀਂ ਕੀਤਾ ਵਾ। ਉਹਦੇ ਬਾਅਦ ਆਪਾਂ ਦਰਵਾਜ਼ਾ ਤੋੜਿਆ ਵਾ, ਉਹਦੇ ਬਾਅਦ ਆਪਾਂ ਇੱਕ ਦੇਖਿਆ ਇੱਕ ਬੰਦਾ ਉਹਨੂੰ ਹੋਸ਼ ਸੀਗੀ ਅਤੇ ਉਹ ਸਾਂਸ ਲੈਂਦਾ ਪਿਆ ਸੀ ਆਪਣੀ, ਉਹਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਉੱਠਿਆ ਵਾ। ਫਿਰ ਅਸੀਂ ਸਰ ਦੂਜਾ ਬੰਦਾ ਦੂਜੇ ਕਮਰੇ ਸੀਗਾ, ਅਸੀਂ ਉਸ ਕਮਰੇ 'ਚ ਗਏ ਹਾਂ, ਉਹਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਵਾ, ਉਹ ਬਾਥਰੂਮ 'ਚ ਲੰਬਾ ਪਿਆ ਸੀਗਾ। ਫਿਰ ਉਮਰ ਉਹਨਾਂ ਦੋਵਾਂ ਦੀ? ਸਰ ਉਮਰ ਹੋ ਗਈ ਲਗਭਗ 25+ ਹੀ ਹੋਣਗੀ। ਉਹਦੇ ਬਾਅਦ ਫਿਰ ਅਸੀਂ ਡਰ ਗਿਆ, ਆਪਾਂ ਪੁਲਿਸ ਨੂੰ ਕਨਫਰਮ ਕੀਤਾ ਵਾ, ਪੁਲਿਸ ਵਾਲੀ ਵਗੈਰਾ ਕਾਰਵਾਈ ਕੀਤੀ ਉਹਨਾਂ ਨਾਲ। ਕੀ ਨਾਮ ਸੀ ਦੋਨਾਂ ਦੇ? ਕੀ ਨਾਮ ਸੀ? ਇੱਕ ਜਗਦੀਪ ਸਿੰਘ ਸੀਗਾ, ਦੂਜੇ ਦਾ ਨਾਂ ਸਿਰ ਮੁਸ਼ਕਿਲ ਆ ਥੋੜ੍ਹਾ। ਕੀ ਮੌਕੇ ਤੇ ਬਰਾਮਦ ਹੋਇਆ ਤੁਹਾਨੂੰ? ਉੱਥੇ ਮੌਕੇ ਤੇ ਬਰਾਮਦ ਸਿਲੰਡਰ ਸਲੁੰਜਾ ਫੜੀਆਂ ਗਈਆਂ ਉਹਨਾਂ ਕੋਲ, ਇੰਜੈਕਸ਼ਨ ਇੰਜੂਕਸ਼ਨ ਲਾਏ ਸੀਗੇ, ਬਾਕੀ ਉਹਨਾਂ ਸਮਾਨ ਸਮੂਨ ਜੋ ਵੀ ਸੀਗਾ ਉਹ ਪੁਲਿਸ ਤਹਿਕੀਕਾਤ ਕਰਕੇ ਲੈ ਗਈ ਆ। ਜਦੋਂ ਹੋਟਲ ਲਿਆ ਕੀ ਦੱਸਿਆ ਕਿ ਇਸ ਵਾਸਤੇ ਆਏ ਹੋ? ਨਹੀਂ ਸਰ, ਜਦੋਂ ਹੋਟਲ ਲੈਣ ਵਾਸਤੇ ਆਇਆ ਕਹਿੰਦੇ ਸੀ ਅਸੀਂ ਟੂਰਿਸਟ ਆ, ਅਸੀਂ ਘੁੰਮਣ ਆਇਆ ਗੋਲਡਨ ਟੈਂਪਲ 'ਤੇ, ਅਸੀਂ ਮੱਥਾ ਟੇਕਣਾ ਵਾ, ਸ਼ਾਮ ਨੂੰ ਅਸੀਂ ਬਾਘਾ ਬਾਰਡਰ 'ਤੇ ਜਾਣਾ ਵਾ, ਬਸ ਇਹੀ ਆ ਸੀ। ਹੁਣ ਪੁਲਿਸ ਆ ਗਈ ਇੱਥੇ ਜੀ? ਹਾਂਜੀ ਹਾਂਜੀ, ਪੁਲਿਸ ਸੀ ਆਈ ਸੀਗੀ, ਬਾਕੀ ਸਾਰਾ ਲੈ ਗਿਆ ਸਮਾਨ ਆਪਣਾ। ਹਾਂਜੀ ਹਾਂਜੀ, ਦੋਵੇਂ ਨਹੀਂ ਸਰ, ਇੱਕ ਦੀ ਸਾਂਸ ਚਲਦੀ ਪਈ, ਇੱਕ ਦਾ ਸਿਵਲ ਹਾਸਪਿਟਲ ਲੈ ਕੇ ਗਿਆ ਉਹਨਾਂ ਨੂੰ, ਇੱਕ ਦਾ ਡੈਡ ਸੀਗਾ। ਜਿਹੜਾ ਡੈਡ ਬੋਡੀ ਮਿਲੀ ਆ ਤੁਹਾਨੂੰ ਹੋਟਲ ਦੇ ਵਿੱਚੋਂ, ਕੀ ਮਾਰ? ਸਾਨੂੰ ਇਤਲਾਹ ਮਿਲੀ ਵੀ ਉੱਥੇ ਕਿਸੇ ਬੰਦੇ ਨੇ ਸ਼ੂਟ ਕਰ ਦਿੱਤਾ, ਅਸੀਂ ਉੱਥੋਂ ਡੈਡ ਬੋਡੀ ਲੈ ਕੇ ਇੱਥੇ ਡੈਡ ਹਾਊਸ 'ਚ ਦਾਖਲ ਕਰਾ ਦਿੱਤੀ। ਅਗਲੀ ਜਿਹੜੀ ਪੋਸਟਮਾਰਟਮ ਰਿਪੋਰਟ ਆਊਗੀ ਅਸਲੀ ਤੱਤਾਂ ਦਾ ਉੱਥੋਂ ਪਤਾ। ਠੀਕ ਹੈ, ਕਿਹੜੀ ਧਰਨਾ ਲਾ ਰਹੇ? ਕਿਹੜੀ ਲਾ ਰਹੇ ਤੁਸੀਂ ਇਸ ਟਾਈਮ? ਨਹੀਂ, 174 ਦੀ ਕਾਰਵਾਈ ਕਰ ਰਹੇ ਹਾਂ। ਠੀਕ ਹੈ।